ਕੀ ਤੁਹਾਡੇ ਆਇਲਸ ਵਿੱਚ ਬੈਂਡਸ ਨਹੀਂ ਆ ਰਹੇ ਜਾਂ ਤੁਹਾਡੇ ਆਇਲਸ ਵਿੱਚੋਂ ਇੱਕ ਜਾਂ ਦੋ ਮੋਡਿਊਲਸ ਵਿੱਚ ਸਾਡੇ 5 ਬੈਂਡ ਹਨ ਤੇ ਅੱਜ ਹੀ ਵਿਜ਼ਿਟ ਕਰੋ ਲਿਬਰਾ ਓਵਰਸੀਜ਼ ਜਾਂ ਵਿਜ਼ਿਟ ਕਰੋ ਸੈਕੰਡ ਫਲੋਰ ਅਰੋੜਾ ਮੈਡੀਕਲ ਹਾਲ ਪ੍ਰਭਾਤ ਚੌਂਕ ਹੁਸ਼ਿਆਰਪੁਰ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜਸ਼ੰਕਰ ਵਿਖੇ ਬਲਜੀਤ ਸਿੰਘ ਖਹਿਰਾ ਨੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਇਸ ਮੌਕੇ ਉਹਨਾਂ ਦੇ ਨਾਲ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੰਗ ਬਹਾਦਰ ਸਿੰਘ ਰਾਏ SGPC ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਮੈਂ ਬੱਬਰਾਂ ਦੀ ਧਰਤੀ ਦਬਾਬਾ ਅਤੇ ਉਹਨਾਂ ਸਰਲਾ ਯੋਧਿਆਂ ਦੇ ਨਾਮ 'ਤੇ ਬਣੇ ਕਾਲਜ ਵਿੱਚ ਇਹ ਜੇ ਪ੍ਰਿੰਸੀਪਲ ਪੁਆਇੰਟ ਹੋਇਆ ਇਸ ਦੇ ਲਈ ਸਭ ਤੋਂ ਪਹਿਲਾਂ ਮੈਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਉਸ ਤੋਂ ਬਾਅਦ ਮੈਂ ਸਿੱਖ ਕੌਮ ਦੀ ਸਰਵੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਬੀਬੀ ਜਗੀਰ ਕੌਰ ਜੀ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਕਿ ਮੈਂ ਇਸ ਪੋਸਟ ਦੇ ਲਈ ਕੰਮ ਤਾਂ ਮੈਂ ਵਿਸ਼ਵਾਸ ਸਾਰਿਆਂ ਨੂੰ ਦਿਵਾਉਣਾ ਹੈ ਕਿ ਮੈਂ ਜਿਸ ਆਸ ਰੱਖ ਕੇ ਉਹਨਾਂ ਮੈਨੂੰ ਇੱਥੇ ਅਪੁਆਇੰਟ ਕੀਤਾ ਮੈਂ ਸਿੱਖੀ ਦੇ ਲਈ ਵੀ ਅਤੇ ਐਜੂਕੇਸ਼ਨ ਫੀਲਡ ਦੇ ਵਿੱਚ ਵੀ ਦੋਨਾਂ ਲਈ ਹੋਰੀਜੈਂਟਲ ਅਤੇ ਵਰਟੀਕਲ ਇਸ ਇੰਸਟੀਚਿਊਟ ਦੀ ਗਰੋਥ ਕਰਾਂਗਾ ਅਤੇ ਮੈਂ ਇਸ ਤੋਂ ਇਲਾਵਾ ਸਾਡੇ ਇਲਾਕੇ ਦੇ ਮੈਂਬਰ ਸਾਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੀ ਡਾਇਰੈਕਟਰ ਐਜੂਕੇਸ਼ਨ SGPC ਡਾਕਟਰ ਤੇਜਿੰਦਰ ਕੌਰ ਧਾਲੀਵਾਲ ਡਿਪਟੀ ਡਾਇਰੈਕਟਰ ਡਾਕਟਰ ਪ੍ਰਭਜੀਤ ਸਿੰਘ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਅਤੇ ਸਾਡੇ SGPC ਦੇ ਐਜੂਕੇਸ਼ਨ ਸੈਕਟਰੀ ਇੰਜੀਨੀਅਰ ਸੁਖਮੰਦਰ ਸਿੰਘ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਉਹਨਾਂ ਸਾਰਿਆਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਹੈ ਕਿ ਮੈਂ ਇਸ ਇੰਸਟੀਚਿਊਟ ਨੂੰ ਅੱਗੇ ਲੈ ਕੇ ਜਾਵਾਂਗਾ ਅਤੇ ਮੈਂ ਅਕਾਲ ਪੁਰਖ ਅੱਗੇ ਅਰਦਾਸ ਵੀ ਕਰਦਾ ਕਿ ਸੱਚੇ ਪਾਤਸ਼ਾਹ ਮੈਨੂੰ ਇਹ ਬਲ ਬਖਸ਼ੇ ਤਾਂ ਜੋ ਮੇਰੇ 'ਤੇ ਉਹਨਾਂ ਵਿਸ਼ਵਾਸ ਕੀਤਾ ਹੈ ਮੈਂ ਉਹਨਾਂ ਦੇ ਵਿਸ਼ਵਾਸ ਨੂੰ ਬਹਾਲ ਰੱਖਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਅੱਜ ਬਹੁਤ ਹੀ ਖੁਸ਼ੀ ਦੇ ਮੌਕੇ 'ਤੇ ਬੱਬਰ ਮੋਰੀਅਲ ਖਾਲਸਾ ਕਾਲਜ ਗੜਸ਼ੰਕਰ ਦੇ ਜੋ ਨਵੇਂ ਪ੍ਰਿੰਸੀਪਲ ਨੇ ਜੋ ਸਰ ਬਲਜੀਤ ਸਿੰਘ ਜੀ ਹੋਏ ਆ ਗੁਰੂ ਮਹਾਰਾਜ ਦਾ ਕੋਟ ਆਸਰਾ ਲੈ ਕੇ ਅੱਜ ਉਹਨਾਂ ਨੇ ਜੁਆਇਨਿੰਗ ਕੀਤੀ ਆ ਅਤੇ ਮੈਂ ਜਿੱਥੇ ਉਹਨਾਂ ਨੂੰ ਵਧਾਈ ਦਿੰਦਾ ਉੱਥੇ ਕਾਮਨਾ ਵੀ ਕਰਦਾ ਕਿ ਬੱਬਰ ਮੋਰੀਅਲ ਖਾਲਸਾ ਕਾਲਜ ਬੱਬਰਾਂ ਦੀ ਯਾਦ ਦੇ ਵਿੱਚ ਬਣਿਆ ਸੀ ਜੋ ਕਿ ਅੱਜ ਬੱਚੇ ਇੱਥੇ ਕੁਆਲਿਟੀ ਐਜੂਕੇਸ਼ਨ ਲੈ ਰਹੇ ਆ ਅਤੇ ਪ੍ਰਿੰਸੀਪਲ ਬਲਜੀਤ ਸਿੰਘ ਜੀ ਜੋ ਕਿ ਇਸ ਵਿੱਦਿਅਕ ਅਦਾਰੇ ਨੂੰ ਸਾਰਿਆਂ ਨੂੰ ਨਾਲ ਲੈ ਕੇ ਬੁਲੰਦੀਆਂ 'ਤੇ ਪਹੁੰਚਾਉਣਗੇ ਇਸ ਕਰਕੇ ਮੈਂ ਅੱਜ ਦੇ ਸ਼ੋਅ ਮੌਕੇ 'ਤੇ ਉਹਨਾਂ ਨੂੰ ਵਧਾਈ ਵੀ ਦੇਣਾ ਅਤੇ ਕਾਮਨਾ ਕਰਦਾ ਅਕਾਲ ਪੁਰਖ ਨੂੰ ਸ਼ਕਤੀ ਬਖਸ਼ੇ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਵਿੱਦਿਅਕ ਅਦਾਰੇ ਵਿੱਚ ਚੜ੍ਹਦੀ ਕਲਾ ਲਈ ਹਮੇਸ਼ਾ ਤਤਪਰ ਰਹਿਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜਸ਼ੰਕਰ ਵਿਖੇ ਜਿਹੜੇ ਪਿਛਲੇ ਦਿਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਵੱਲੋਂ ਕਵਰਡ ਪੋਸਟ ਦੇ ਪ੍ਰਿੰਸੀਪਲ ਸਾਹਿਬ ਨਵ ਨਿਯੁਕਤ ਹੋਏ ਆ ਡਾਕਟਰ ਬਲਜੀਤ ਸਿੰਘ ਜੀ ਉਹਨਾਂ ਦਾ ਜਿਹੜਾ ਫੈਸਲਾ ਮੈਂ ਸਮਝਦਾ ਨਰੋਲ ਮੈਰਿਟ 'ਤੇ ਸ਼੍ਰੋਮਣੀ ਕਮੇਟੀ ਨੇ ਜਿਹੜਾ ਕੀਤਾ ਉਹ ਵਧਾਈ ਦੇ ਪਾਤਰ ਵੀ ਆ ਅਤੇ ਉਹਨਾਂ ਨੂੰ ਅੱਜ ਇੱਥੇ 4 ਦਿਨ ਵੇਲੇ ਸਾਰੀ ਸਮੁੱਚੇ ਤੌਰ 'ਤੇ ਮੈਨੇਜਮੈਂਟ ਸਾਡੇ ਸਰਦਾਰ ਸੁਰਿੰਦਰ ਸਿੰਘ ਜੀ ਭੁੱਲੇਵਾਲ ਰਾਠਾਂ ਜ਼ਿਲ੍ਹਾ ਪ੍ਰਧਾਨ ਮੈਂਬਰ ਸ਼੍ਰੋਮਣੀ ਕਮੇਟੀ ਸਾਬਕਾ MLA ਉਹਨਾਂ ਦੇ ਨਾਲ ਬੀਬੀ ਮਹਿੰਦਰ ਕੌਰ ਜੀ ਜੋਸ਼ ਸਾਡੇ ਹਲਕਾ ਇੰਚਾਰਜ ਸਾਬਕਾ MLA ਡਾਕਟਰ ਜੰਗ ਬਹਾਦਰ ਸਿੰਘ ਰਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਉਹਨਾਂ ਦੇ ਨਾਲ ਬੀਬੀ ਰਣਜੀਤ ਕੌਰ ਜੀ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਵੱਖ ਵੱਖ ਕਾਲਜਾਂ ਤੋਂ ਸਾਡੇ ਪ੍ਰਿੰਸੀਪਲ ਸਾਹਿਬਾਨ ਅਡੀਸ਼ਨਲ DPI ਸਰਦਾਰ ਪ੍ਰਭਜੀਤ ਸਿੰਘ ਜੀ ਉਹ ਸਾਰੇ ਚਿੱਚੇ ਤੌਰ 'ਤੇ ਪਹੁੰਚੇ ਆ ਔਰ ਸਭ ਤੋਂ ਵਿਲੱਖਣ ਪੱਖ ਇਹ ਰਿਹਾ ਅੱਜ ਦਾ ਕਿ ਬਹੁਤ ਘੱਟ ਕਾਲਜ ਆ ਜਿਹਨਾਂ ਦੇ ਵਿੱਚ ਸਤਿਗੁਰੂ ਜੀ ਦੇ ਪਵਿੱਤਰ ਸਰੂਪ ਸੁਸ਼ੋਭਿਤ ਆ ਅੱਜ ਇਹ ਪੁਰਾਤਨ ਜਿਹੜੀ ਪਰੰਪਰਾ ਸਾਡੇ ਖਾਲਸਾ ਕਾਲਜਾਂ ਦੀ ਹੁੰਦੀ ਸੀ ਉਹਦੇ ਤਹਿਤ ਪਹਿਲਾਂ ਜਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਦੇਖ ਤੋਂ ਬਾਅਦ ਫਿਰ ਹੁਕਮਨਾਮਾ ਲੈ ਕੇ ਇਹਨਾਂ ਨੂੰ ਕੁਰਸੀ 'ਤੇ ਅੱਜ ਜਿਹੜਾ ਇਹ ਚਾਰਜ ਦਿੱਤਾ ਗਿਆ ਸੋ ਕਾਮਨਾ ਕਰਦੇ ਹਾਂ ਵੀ ਇਹ ਪੁਰਾਣਾ
उन्हां बब्बरां दी धरती दे नाल जुड़िया होया, उन्हां बब्बरां दे नाल जुड़िया होया यह कॉलेज आ। तो जिहड़ी देखे दी पुरानी आ वो देखे में बहाल होवे। सो सारयां ने मिल के अरदास कीती आ, कामना कीती आ कि यह डॉक्टर साहब इस कॉलेज नूं होर बुलंदियां ते ले जाण। सो सारयां दा बहुत बहुत धन्नवाद। वाहिगुरू जी का खालसा, वाहिगुरू जी की फतह।